ਸਾਡੇ ਫੰਡਾਮੈਂਟਲ ਰਾਈਟਸ ਨੇ ਸੰਵਿਧਾਨ ਦੇ ਵਿੱਚ ਲਿਖੇ ਹੋਏ ਸਾਨੂੰ ਉਹਦੇ ਵਿੱਚ ਅਧਿਕਾਰ ਹੈ ਕਿ ਅਸੀਂ ਜੇ ਸਰਕਾਰ ਦੇ ਖਿਲਾਫ ਕੋਈ ਨਾ ਕੋਈ ਗੱਲ ਆਵਾਜ਼ ਉਠਾਉਣੀ ਹੋਵੇ ਅਸੀਂ ਉਠਾ ਸਕਦੇ ਹਾਂ ਤੇ ਉਹਨਾਂ ਕਾਨੂੰਨਾਂ ਦੀਆਂ ਧੱਜੀਆਂ ਨਹੀਂ ਉਡਾਉਂਦੀ ਸਰਕਾਰ ਇਸ ਕਰਕੇ ਕਾਨੂੰਨ ਬਣ ਜਾਣਾ ਹੀ ਆਪਣੇ ਆਪ 'ਚ ਨਹੀਂ ਇਹ ਠੀਕ ਹੈ ਗੱਲ ਸਾਡਾ ਮਤਲਬ ਸਾਡੇ ਉੱਤੇ ਮਾਰੂ ਕਾਨੂੰਨ ਇੱਕ ਬਣਾ ਦਿੱਤਾ ਪਰ ਲਾਗੂ ਜਦੋਂ ਲੋਕਾਂ ਦੇ ਉੱਤੇ ਕਰਨਾ ਇਹ ਸਾਡੀ ਲੜਾਈ ਹੈ ਜਿਹੜੀ ਇਹ ਸਾਨੂੰ ਹੋਰ ਵੀ ਜ਼ਿਆਦਾ ਤਕੜੇ ਹੋ ਕੇ ਲੜਨੀ ਪੈਣੀ ਹੈ ਇਹ ਬਿੱਲ ਬਿਨਾਂ ਸ਼ੱਕ ਕਿਸਾਨਾਂ ਲਈ ਤਾਂ ਮਾਰੂ ਹੈ ਹੀ ਹੈ ਜੀ ਪਰ ਇਹ ਸਮਾਜ ਦੇ ਸਾਰੇ ਲੋਕਾਂ ਵਾਸਤੇ ਬਹੁਤ ਮਾਰੂ ਸਿੱਧ ਹੋਊਗਾ ਦੇਖੋ ਉਹ ਪਿਛਲੇ ਕਈ ਸਾਲਾਂ ਤੋਂ ਲੱਗੇ ਹੋਏ ਆ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਦੇ ਬਿਲਕੁਲ ਅੱਜ ਤੱਕ ਉਹਨਾਂ ਨੇ ਇਹ ਅੰਕੜਾ ਨਹੀਂ ਦਿੱਤਾ ਵੀ ਸੰਨ 2020 ਤੱਕ ਉਹ ਦੁੱਗਣੀ ਦੀ ਬਜਾਏ ਸਵਾ ਗੁਣੀ ਹੋ ਗਈ ਡੇਢ ਗੁਣੀ ਹੋ ਗਈ ਜਾਂ 1.10 ਗੁਣਾ ਹੋ ਗਈ ਅੱਜ ਤੱਕ ਨਹੀਂ ਦੱਸਿਆ ਹੁਣ ਕਹਿਣਾ ਇਹ ਸ਼ੁਰੂ ਕਰ ਦਿੱਤਾ ਵੀ ਅਸੀਂ ਤਾਂ ਸਵਾਮੀਨਾਥਨ ਕਮਿਸ਼ਨ ਲਾਗੂ ਕਰਤਾ ਕਿਸਾਨ ਕਹਿੰਦੇ ਲਾਗੂ ਨਹੀਂ ਹੋਇਆ ਇਸ ਕਰਕੇ ਮੋਦੀ ਸਾਹਿਬ ਦਾ ਕਹਿਣਾ ਮੈਨੂੰ ਕਹਿਣਾ ਨਹੀਂ ਚਾਹੀਦਾ ਮੈਨੂੰ ਦੁੱਖ ਹੈ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇੰਨਾ ਝੂਠ ਬੋਲਦਾ ਹੈ ਮੋਦੀ ਨੇ ਦੋ ਇਲੈਕਸ਼ਨਾਂ ਜਿੱਤੀਆਂ ਨੇ ਅਸੀਂ ਕਹਿੰਦੇ ਹਾਂ ਵੀ ਦੋਨੋਂ ਇਲੈਕਸ਼ਨਾਂ ਲੋਕਾਂ ਨੂੰ ਲਾਰੇ ਲਾ ਕੇ ਜਿੱਤੀਆਂ ਨੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਮੋਦੀ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਹਿੰਦੁਸਤਾਨ ਦੇ ਲੋਕ ਇੰਨੇ ਮੂਰਖ ਨਹੀਂ ਵੀ ਉਹ ਤੁਹਾਡੀਆਂ ਜਿਹੜੀਆਂ ਇਹ ਚਾਲਾਂ ਨੇ ਉਹਨਾਂ ਦੇ ਵਿੱਚ ਵਾਰ ਵਾਰ ਸਤਿ ਸ਼੍ਰੀ ਅਕਾਲ ਜੀ ਮੈਂ ਰਣਬੀਰ ਸਿੰਘ ਰਾਣਾ ਭਾਵੇਂ ਲੋਕ ਸਭਾ ਦੇ ਵਿੱਚ ਖੇਤੀ ਬਿੱਲ ਪਾਸ ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਇਸ ਦਾ ਵਿਰੋਧ ਕਰ ਰਹੇ ਨੇ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ ਗਿਆ ਹੈ 25 ਸਤੰਬਰ ਨੂੰ ਪੰਜਾਬ ਬੰਦ ਦਾ ਕਾਲ ਦੇ ਦਿੱਤੀ ਗਈ ਹੈ ਇਸ ਤੋਂ ਬਿਨਾਂ ਹੋਰ ਕਈ ਜਥੇਬੰਦੀਆਂ ਦੇ ਵੱਲੋਂ ਰੇਲਾਂ ਰੋਕਣ ਦਾ ਵੀ ਪ੍ਰੋਗਰਾਮ ਉਲੀਕਿਆ ਗਿਆ ਕਿਸਾਨ ਜਿਹੜੇ ਉਹਨਾਂ ਦਾ ਕਹਿਣਾ ਇਹੀ ਹੈ ਕਿ ਇਸ ਬਿੱਲ ਨੂੰ ਭਾਵੇਂ ਲੋਕ ਸਭਾ ਦੇ ਵਿੱਚ ਪਾਸ ਕਰਾ ਲਿਆ ਗਿਆ ਪਰ ਇਸ ਬਿੱਲ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਧਰਾਤਲ 'ਤੇ ਹੋਰ ਕੀ ਕਹਿਣਾ ਹੈ ਸਾਡੇ ਨਾਲ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਮੌਜੂਦ ਨੇ ਸਕੱਤਰ ਨੇ ਰਘਬੀਰ ਸਿੰਘ ਬੈਨੀਪਾਲ ਰਘਬੀਰ ਸਿੰਘ ਜੀ ਇੱਕ ਪਾਸੇ ਤਾਂ ਲੋਕ ਸਭਾ ਦੇ ਵਿੱਚ ਬਿੱਲ ਹੁਣ ਪਾਸ ਹੋ ਗਿਆ ਰਾਜ ਸਭਾ ਦੇ ਵਿੱਚ ਹੋ ਜਾਣਾ ਅਤੇ ਅੱਗੇ ਰਾਸ਼ਟਰਪਤੀ ਦੀ ਮੋਹਰ ਲੱਗਣੀ ਬਾਕੀ ਹੈਗੀ ਆ ਉਹ ਵੀ ਲੱਗ ਜਾਣੀ ਹੈ ਤੁਹਾਡਾ ਕੀ ਪਲਾਨ ਆ ਅੱਗੇ ਰਾਣਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਜੀ ਕਿ ਇਹ ਬਿੱਲ ਜਿਹੜੇ ਆਰਡੀਨੈਂਸ ਤੋਂ ਕਾਨੂੰਨ ਬਣਾ ਦਿੱਤੇ ਗਏ ਨੇ ਉਹਨਾਂ ਨੂੰ ਪੰਜਾਬ ਦੇ ਲੋਕ ਇਹ ਨਾ ਸਮਝਣ ਕਿ ਇਹ ਸਿਰਫ ਕਿਸਾਨੀ ਲਈ ਮਾਰੂ ਨੇ ਕਿਉਂਕਿ ਪੰਜਾਬ ਹੈ ਜਿਹੜਾ ਉਹ ਮੁੱਖ ਤੌਰ 'ਤੇ ਖੇਤੀ ਪ੍ਰਧਾਨ ਸੂਬਾ ਅਤੇ ਖੇਤੀ ਦੇ ਵਿੱਚ 70% ਤੋਂ ਲੋਕ ਜ਼ਿਆਦਾ ਨੇ ਜਿਹੜੇ ਉਹ ਨਿਰਭਰ ਕਰਦੇ ਨੇ ਇਹਦੇ 'ਤੇ ਜਿਹੜੇ ਡਿਪੈਂਡ ਕਰਦੇ ਨੇ ਜੇ ਇਹ ਕਾਨੂੰਨ ਲਾਗੂ ਜਿਹੜੇ ਕਰ ਦਿੱਤੇ ਜਾਂਦੇ ਨੇ ਤਾਂ ਇਹਦੇ ਲਈ ਸਿਰਫ ਕਿਸਾਨੀ ਨੇ ਨਹੀਂ ਮਰਨਾ ਕਿਸਾਨੀ ਕਿੱਤਾ ਫੇਲ ਨਹੀਂ ਹੋਣਾ ਸਿਰਫ ਇਹ ਨਹੀਂ ਕਿ ਜਿਹੜੇ ਰੁਜ਼ਗਾਰ ਨੇ ਜਿਹੜੇ ਕਿਸਾਨੀ ਦੇ ਖੁੱਸਣੇ ਆ ਇਹਨਾਂ ਕਾਨੂੰਨਾਂ ਦਾ ਅਸਰ ਹੈ ਜਿਹੜਾ ਉਹ ਖੇਤ ਮਜ਼ਦੂਰਾਂ ਉੱਤੇ ਉਹ ਛੋਟੇ ਦੁਕਾਨਦਾਰਾਂ ਉੱਤੇ ਉਹ ਜਿਹੜੇ ਮਤਲਬ ਮੁਲਾਜ਼ਮ ਨੇ ਉਹ 'ਤੇ ਕਿਉਂਕਿ ਇਹ ਤਿੰਨੇ ਕਾਨੂੰਨ ਨੇ ਜਿਹੜੇ ਇਹਨੇ ਸਾਡੇ ਸਮਾਜ ਦੇ ਪੰਜਾਬੀ ਜਿਹੜਾ ਪੰਜਾਬੀ ਨੇ ਸਾਰੇ ਦੇਸ਼ ਦੇ ਉੱਤੇ ਬਹੁਤ ਹੀ ਮਾਰੂ ਅਸਰ ਪਾਉਣਾ ਇਸ ਕਰਕੇ ਮੇਰੀ ਪਹਿਲੀ ਬੇਨਤੀ ਇਹ ਹੈ ਲੋਕਾਂ ਨੂੰ ਪੰਜਾਬੀਆਂ ਨੂੰ ਕਿ ਸਾਨੂੰ ਭਾਵੇਂ ਕਿਸਾਨ ਸਭਾਵਾਂ ਇਸ ਕਾਨੂੰਨਾਂ ਦੇ ਖਿਲਾਫ ਲੜ ਰਹੀਆਂ ਨੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਸਮਰਥਨ ਦੇ ਉੱਤੇ ਆ ਕੇ ਸਰਕਾਰ ਨੂੰ ਮਜਬੂਰ ਕਰਨਾ ਪੈਣਾ ਕਿ ਇਹਨਾਂ ਸਾਰੇ ਜਿਹੜੇ ਬਣਾਏ ਹੋਏ ਕਾਨੂੰਨਾਂ ਨੇ ਇਹਨਾਂ ਨੂੰ ਉਹ ਖੁਦ ਵਾਪਸ ਲੈਣ ਅਤੇ ਲੋਕਾਂ ਨੂੰ ਰਾਹਤ ਦੇਣ ਹੁਣ ਕਾਲ ਕੀ ਕੀਤੀ ਗਈ ਹੈ ਅਗਲਾ ਐਕਸ਼ਨ ਪਲਾਨ ਕੀ ਹੈਗਾ ਮੈਂ ਪੁੱਛ ਰਿਹਾ ਸੀਗਾ ਅਸੀਂ 16 ਤਰੀਕ ਨੂੰ 10 ਕਿਸਾਨ ਜਥੇਬੰਦੀਆਂ ਨੇ ਲੁਧਿਆਣੇ ਮੀਟਿੰਗ ਕਰਕੇ ਪਿਛਲਾ ਜਿੱਥੇ ਰਿਵਿਊ ਕੀਤਾ ਉੱਥੇ ਇਹ ਵਿਚਾਰ ਕੇ 25 ਤਰੀਕ ਦੀ ਜਿਹੜੀ ਕਾਲ ਹੈ ਪੰਜਾਬ ਬੰਦ ਦੀ ਕਾਲ ਦਿੱਤੀ ਹੈ ਉਹ ਇਕੱਲੀ ਪੰਜਾਬ ਬੰਦ ਦੀ ਕਾਲ ਹੀ ਨਹੀਂ ਦਿੱਤੀ ਨਾਲ ਅਸੀਂ ਮਹਿਸੂਸ ਕੀਤਾ ਕਿ ਕਿਸਾਨਾਂ ਦੀਆਂ ਵੱਖਰੇ ਵੱਖਰੇ ਰੂਪ ਦੇ ਵਿੱਚ ਵੱਖਰੇ ਵੱਖਰੇ ਗਰੁੱਪਾਂ ਦੇ ਵਿੱਚ ਮੈਂ ਕਹਾਂ 3-4 ਰੂਪਾਂ ਦੇ ਵਿੱਚ ਜਥੇਬੰਦੀਆਂ ਨੇ ਜਿਹੜੀਆਂ ਉਹ ਇਹਨਾਂ ਗੱਲਾਂ ਲਈ ਸੰਘਰਸ਼ ਕਰ ਰਹੀਆਂ ਨੇ ਉਹਨਾਂ ਨੂੰ ਇਕੱਠੇ ਕਰਨ ਵਾਸਤੇ 19 ਤਰੀਕ ਨੂੰ ਮੋਗੇ ਅਸੀਂ ਉਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਕਿ ਆਓ ਆਪਾਂ ਇਕੱਠੇ ਹੋ ਕੇ 19 ਤਰੀਕ ਨੂੰ ਪੰਜਾਬ ਦੀ ਇੱਕ ਸਾਂਝੀ ਮੀਟਿੰਗ ਕਰੀਏ ਅਤੇ ਉਹਦੇ ਵਿੱਚੋਂ 25 ਤਰੀਕ ਦਾ ਜਿਹੜਾ ਸੱਦਾ ਉਹਨੂੰ ਸਾਂਝਾ ਸਮਰਥਨ ਮਿਲੇ ਅਤੇ ਉਹ ਇੱਕ ਕਾਮਯਾਬ ਬੰਦ ਹੈ ਜਿਹੜਾ ਉਹ ਸਾਬਤ ਹੋਵੇ ਮੈਂ ਰਿਹਾ ਤੁਹਾਡੇ ਕੋਲ ਪ੍ਰੋਫੈਸਰ ਜੈਪਾਲ ਸਿੰਘ ਸਾਡੇ ਨਾਲ ਨੇ ਜੈਪਾਲ ਜੀ ਪਹਿਲੀ ਗੱਲ ਤਾਂ ਇਹ ਹੈ ਕਿ
ਤੁਹਾਡੀਆਂ 10 ਕਿਸਾਨ ਜਥੇਬੰਦੀਆਂ ਨੇ ਜਾਂ ਜਿਹਦੇ ਤੁਹਾਡੀਆਂ ਭਰਾਤਰੀ ਜਥੇਬੰਦੀਆਂ ਨੇ ਜਿਹੜੇ 25 ਦੀ ਕਾਲ ਦਿੱਤੀ ਹੈ, ਪਰ ਬਹੁਤ ਸਾਰੀਆਂ ਜਥੇਬੰਦੀਆਂ ਅੱਡ ਤੌਰ ਤੇ ਆਪਣੇ ਤੌਰ ਤੇ ਪ੍ਰੋਟੈਸਟ ਕਰ ਰਹੀਆਂ ਨੇ। ਕੋਈ ਰੇਲਾਂ ਰੋਕਣ ਦਾ ਪ੍ਰੋਗਰਾਮ ਬਣਾ ਰਿਹਾ ਹੈ, ਕਿਸੇ ਨੇ ਲੰਬੀ ਦੇ ਵਿੱਚ ਮੋਰਚਾ ਲਾਇਆ ਹੋਇਆ, ਕਿਸੇ ਨੇ ਪਟਿਆਲਾ ਦੇ ਵਿੱਚ ਲਾਇਆ ਹੋਇਆ, ਤੇ ਇਹਦਾ ਅੱਗੇ ਕੋਈ ਇਕੱਠੇ ਹੋ ਕੇ ਵੀ ਸੰਘਰਸ਼ ਲੜਨ ਦੀ ਕੋਈ ਯੋਜਨਾ ਬਣਾਈ ਜਾ ਰਹੀ ਹੈ? ਰਾਣਾ ਜੀ, ਜਿਵੇਂ ਰਘਵੀਰ ਸੋਹਣਾ ਨੇ ਦੱਸਿਆ ਹੈ ਵੀ ਕੱਲ ਨੂੰ ਮੋਗੇ ਅਸੀਂ ਉਹਨਾਂ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਸੱਦੀ ਹੈ, ਉੱਥੇ ਸਰਵਸੰਮਤੀ ਨਾਲ ਜਿਹੜਾ ਕੋਈ ਫੈਸਲਾ ਨਿਕਲਿਆਊਗਾ ਵੀ ਕੀ ਅਸੀਂ ਰੇਲਾਂ ਰੋਕਣੀਆਂ ਨੇ ਜਾਂ ਨਾਲ ਬੱਸਾਂ ਵੀ ਰੋਕਣੀਆਂ ਨੇ ਜਾਂ ਕਿਸੇ ਹੋਰ ਰੂਪ ਦੇ ਵਿੱਚ ਇਹਨੂੰ ਇੱਕ ਦਿਨ ਰੱਖਣਾ ਕਿ ਦੋ ਦਿਨ ਰੱਖਣਾ ਹੈ। ਸਾਡੀਆਂ 10 ਕਿਸਾਨ ਜਥੇਬੰਦੀਆਂ ਨੇ ਪਹਿਲਕਦਮੀ ਕਰਕੇ ਉਹ ਸਾਂਝੀ ਮੀਟਿੰਗ ਸੱਦੀ ਹੈ, ਉਹਦੇ 'ਚ ਜਿਹੜਾ ਫੈਸਲਾ ਨਿਕਲੇਗਾ ਉਹਦੇ 'ਤੇ ਅਸੀਂ ਫੁੱਲ ਚਾੜਾਂਗੇ। ਠੀਕ ਹੈ। ਦੂਜਾ ਸਵਾਲ ਇਹ ਸੀਗਾ ਕਿ ਇਹ ਸਿਰਫ ਕਿਸਾਨਾਂ ਲਈ ਹੀ ਮਾਰੂ ਸਾਬਤ ਹੋਣਾ ਹੈ ਬਿੱਲ ਜਾਂ ਹੋਰਨਾਂ ਵਰਗਾਂ ਲਈ ਵੀ? ਦੇਖੋ ਰਾਣਾ ਜੀ, ਗੱਲ ਇਹ ਹੈ ਵੀ ਇਹ ਬਿੱਲ ਬਿਨਾਂ ਸ਼ੱਕ ਕਿਸਾਨਾਂ ਲਈ ਤਾਂ ਮਾਰੂ ਹੈ ਹੀ ਹੈ ਜੀ, ਪਰ ਇਹ ਸਮਾਜ ਦੇ ਸਾਰੇ ਲੋਕਾਂ ਵਾਸਤੇ ਬਹੁਤ ਮਾਰੂ ਸਿੱਧ ਹੋਣੇ ਹੈ। ਕਾਰਨ ਕਿਵੇਂ? ਜਿਹੜੇ ਖੇਤੀ ਨਾਲ ਸੰਬੰਧਿਤ ਨੇ, ਜਦੋਂ ਛੋਟੇ ਕਿਸਾਨ ਦੀ ਖੇਤੀ ਛੁੱਟਣੀ ਹੈ ਤਾਂ ਖੇਤੀ ਨਾਲ ਸੰਬੰਧਿਤ ਜਿੰਨੇ ਸੰਦ ਬਣਾਉਣ ਵਾਲੇ ਲੋਕ ਹੈ ਉਹ ਬੇਕਾਰ, ਟਰੈਕਟਰਾਂ ਦੀਆਂ ਵਰਕਸ਼ਾਪਾਂ ਵਾਲੇ ਲੋਕ ਬੇਕਾਰ, ਮੰਡੀਆਂ 'ਚ ਲੱਗੇ ਹੋਏ ਆੜਤੀਏ ਬੇਕਾਰ, ਮੰਡੀਆਂ 'ਚ ਜਿਹੜੇ ਪੱਲੇਦਾਰ ਨੇ ਉਹ ਬੇਕਾਰ। ਇਦੋਂ ਬਿਨਾਂ ਜਿਹੜਾ ਇੱਕ ਤੀਜਾ ਬਿੱਲ ਹੈ ਜਿਹਨੂੰ ਕਿਹਾ ਖੇਤੀ ਵਾਲਾ ਜਾ ਰਿਹਾ, ਉਹ ਖੇਤੀ ਵਾਲਾ ਸਹੀ ਅਰਥਾਂ 'ਚ ਬਿੱਲ ਨਹੀਂ, ਜਿਹਨੂੰ ਅਸੀਂ ਜ਼ਰੂਰੀ ਵਸਤਾਂ ਸੰਬੰਧੀ ਕਾਨੂੰਨ ਕਹਿੰਦੇ ਹਾਂ। ਜੀ ਜੀ। ਜ਼ਰੂਰੀ ਵਸਤਾਂ ਦੇ ਉੱਤੇ ਇੱਕ ਲਿਮਿਟ ਲੱਗੀ ਹੋਈ ਹੈ ਵੀ ਕਿਹੜੀ ਚੀਜ਼ ਕੋਈ ਬੰਦਾ ਕਿੰਨੀ ਜਮ੍ਹਾਂ ਕਰਕੇ ਰੱਖ ਸਕਦਾ ਹੈ। ਜਦੋਂ ਉਹ ਲਿਮਿਟ ਹੁਣ ਚੱਕ ਦੇਣੀ ਹੈ, ਜਿੰਨੀ ਮਰਜ਼ੀ ਹੁਣ ਉਹ ਜਿੰਨੀ ਮਰਜ਼ੀ, ਮੰਨ ਲਓ ਪਿਆਜ਼ ਹੀ ਹੈ ਵੀ ਕੋਈ ਬੰਦਾ ਮੰਨ ਲਓ 1000 ਟਨ ਪਿਆਜ਼ ਰੱਖ ਸਕਦਾ ਹੈ, ਹੁਣ ਜੇ ਉਹ 1,00,000 ਟਨ ਵੀ ਰੱਖ ਲੇ ਤਾਂ ਵੀ ਉਹਨੂੰ ਜ਼ਖੀਰੇਬਾਜ਼ ਨਹੀਂ ਕਿਹਾ ਜਾਣਾ, ਤੇ ਉਹ ਜਿਵੇਂ ਮਰਜ਼ੀ ਸੋਨੇ ਦੇ ਭਾਅ ਉਹਨੂੰ ਵੇਚੇ ਲੋਕਾਂ ਕੋਲ। ਮਤਲਬ ਜਿਵੇਂ ਅੱਗੇ ਹੁੰਦਾ ਸੀਗਾ ਕਿ ਕਈ ਜਿਹੜੇ ਸਟਾਕ ਕਰ ਲੈਂਦੇ ਸੀਗੇ ਚੀਜ਼, ਮਾਰਕੀਟ 'ਚੋਂ ਚੀਜ਼ ਮਹਿੰਗੀ ਹੋ ਜਾਂਦੀ ਸੀਗੀ, ਫਿਰ ਉਹ ਵੱਧ ਰੇਟ ਤੇ ਵੇਚਦੇ ਸੀਗੇ, ਉਹ ਵੱਧ ਰੇਟ ਤੇ ਵੇਚਦੇ ਸੀ, ਉਹ ਗੈਰ ਕਾਨੂੰਨੀ ਸੀ ਉਦੋਂ। ਹਾਂ ਬਿਲਕੁਲ, ਹੁਣ ਇਹ ਕਾਨੂੰਨੀ ਹੋ ਜਾਣਾ ਹੈ, ਇਹ ਸਮਝਣਾ ਪਊਗਾ। ਹਾਂ, ਉਹ ਅੱਗੇ ਗੈਰ ਕਾਨੂੰਨੀ ਸੀ ਜੀ, ਜੇ ਕਿਸੇ ਦੇ ਸਟਾਕ ਤੇ ਕੋਈ ਰੇਡ ਪੈ ਗਈ ਤਾਂ ਉਹ ਜ਼ਬਤ ਹੋ ਜਾਂਦਾ ਸੀ। ਇੱਕ ਦੋ ਵਾਰੀ ਦੀਆਂ ਉਦਾਹਰਨਾਂ ਨੇ ਵੀ ਲੋਕਾਂ ਨੇ ਦੇਖਿਆ ਵੀ ਉੱਥੇ ਜਮ੍ਹਾਂ ਕਰਿਆ ਪਿਆ, ਉਹ ਆਪ ਹੀ ਲੋਕ ਜਾ ਕੇ ਉਹਨਾਂ ਨੇ ਉਹ ਸਟੋਰ ਜਿਹੜਾ ਨਾ ਲੋਕਾਂ 'ਚ ਵੰਡਤਾ ਇੱਦਾਂ ਕਰਕੇ। ਮਤਲਬ ਉਹ ਜਿਹੜੀ ਉਹਨਾਂ 'ਤੇ ਬੰਦਿਸ਼ ਸੀਗੀ ਜਮ੍ਹਾਂਖੋਰਾਂ ਦੇ ਉੱਤੇ, ਉਹ ਬੰਦਿਸ਼ ਮੋਦੀ ਜੀ ਨੇ ਚੁੱਕ ਦਿੱਤੀ। ਪਤਾ ਨਹੀਂ ਮੋਦੀ ਜੀ ਦਾ ਉਹਨਾਂ ਨਾਲ ਕੀ ਅਲਾਇੰਸ ਹੈਗਾ, ਉਹਨਾਂ ਤੋਂ ਕੀ ਉਹਨਾਂ ਨੇ ਲੈਣਾ ਦੇਣਾ ਹੈ। ਪਰ ਬਾਰ ਬਾਰ ਭਾਜਪਾ ਕਹਿ ਰਹੀ ਹੈ, ਬਾਰ ਬਾਰ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ, ਤੋਮਰ ਸਾਹਿਬ ਕਹਿ ਰਹੇ ਨੇ ਕਿ ਕਿਸਾਨਾਂ ਦੇ ਹਿੱਤ ਦਾ ਫੈਸਲਾ। ਦੇਖੋ, ਉਹ ਪਿਛਲੇ ਕਈ ਸਾਲਾਂ ਤੋਂ ਲੱਗੇ ਹੋਏ ਆ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਦੇ। ਬਿਲਕੁਲ, ਅੱਜ ਤੱਕ ਉਹਨਾਂ ਨੇ ਇਹ ਅੰਕੜਾ ਨਹੀਂ ਦਿੱਤਾ ਵੀ ਸਨ 2020 ਤੱਕ ਉਹ ਦੁੱਗਣੀ ਦੀ ਬਜਾਏ 1.25 ਗੁਣੀ ਹੋ ਗਈ, 1.5 ਗੁਣੀ ਹੋ ਗਈ ਜਾਂ 1.10 ਗੁਣਾ ਹੋ ਗਈ, ਅੱਜ ਤੱਕ ਨਹੀਂ ਦੱਸਿਆ। 2022 ਦਾ ਇੱਕ ਦਿਨ ਚੜ੍ਹਨਾ ਹੈ, ਜਿੱਦਣ ਸਵੇਰੇ ਐਲਾਨ ਹੋ ਜਾਣਾ ਵੀ ਆਹ ਦੁੱਗਣੀ ਹੋ ਗਈ। ਜਿਵੇਂ ਮੇਰੀ ਸੁਣ ਲਓ, ਜਦੋਂ ਮੋਦੀ ਸਾਹਿਬ ਆਏ 2014 'ਚ, ਉਹਨਾਂ ਨੇ ਆਪਣੇ ਮੈਨੀਫੈਸਟੋ 'ਚ BJP ਨੇ ਵਾਅਦਾ ਕੀਤਾ ਵੀ ਜੇ ਸਾਡੀ ਸਰਕਾਰ ਆਈ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ। ਉਦੋਂ ਬਾਅਦ ਸੁਪਰੀਮ ਕੋਰਟ 'ਚ ਪਹਿਲਾਂ ਕੇਸ ਚੱਲਦਾ ਸੀ, ਮੋਦੀ ਸਰਕਾਰ ਨੇ ਇੱਕ ਐਫੀਡੈਵਿਟ ਦਿੱਤਾ ਵੀ ਅਸੀਂ ਇੰਨੀ ਕੀਮਤ ਦੇ ਹੀ ਨਹੀਂ ਸਕਦੇ, ਅਫੋਰਡ ਹੀ ਨਹੀਂ ਕਰ ਸਕਦੇ। ਠੀਕ ਹੈ, ਤੁਹਾਡੀ ਠੀਕ ਹੈ। ਉਦੋਂ ਬਾਅਦ ਹੁਣ ਕਹਿਣਾ ਇਹ ਸ਼ੁਰੂ ਕਰ ਦਿੱਤਾ ਵੀ ਅਸੀਂ ਤਾਂ ਸਵਾਮੀਨਾਥਨ ਕਮਿਸ਼ਨ ਲਾਗੂ ਕਰਤਾ, ਕਿਸਾਨ ਕਹਿੰਦੇ ਲਾਗੂ ਨਹੀਂ ਹੋਇਆ। ਇਸ ਕਰਕੇ ਮੋਦੀ ਸਾਹਿਬ ਦਾ ਕਹਿਣਾ, ਮੈਨੂੰ ਕਹਿਣਾ ਨਹੀਂ ਚਾਹੀਦਾ, ਮੈਨੂੰ ਦੁੱਖ ਹੈ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇੰਨਾ ਝੂਠ ਬੋਲਦਾ ਹੈ। ਜਿਹੜਾ ਪਹਿਲਾਂ MSP ਬਾਰੇ ਗੱਲ ਕਹੀ ਸਵਾਮੀਨਾਥਨ ਕਮਿਸ਼ਨ ਬਾਰੇ, ਪਿੱਛੇ ਜਨਵਰੀ ਦੇ ਵਿੱਚ ਲੋਕਾਂ ਦੀ ਖਿੱਲੀ ਉਡਾ ਰਿਹਾ, ਜਿਹੜੇ ਲੋਕ ਕਹਿੰਦੇ ਹੈ ਵੀ ਰੇਲਾਂ ਪ੍ਰਾਈਵੇਟ ਹੋ ਜਾਣੀਆਂ ਨੇ, ਉਹ ਕਹਿੰਦੇ ਮੇਰੇ ਤੋਂ ਵੱਧ ਪਿਆਰ ਕੌਣ ਕਰਦਾ ਰੇਲਾਂ ਨੂੰ, ਮੇਰੇ ਹੁੰਦਿਆਂ ਰੇਲਾਂ ਨੂੰ ਪ੍ਰਾਈਵੇਟ ਕੌਣ ਕਰਦੂ, ਤੁਹਾਡੇ ਸਾਹਮਣੇ ਹੈ 3 ਮਹੀਨਿਆਂ ਬਾਅਦ ਪ੍ਰਾਈਵੇਟ ਕਰਤੀਆਂ। ਇਦੋਂ ਵੱਡਾ ਝੂਠ ਬੋਲਣ ਵਾਲਾ ਪ੍ਰਧਾਨ ਮੰਤਰੀ ਸ਼ਾਇਦ ਹਿੰਦੁਸਤਾਨ ਨੂੰ ਟੱਕਰੇ। ਫਿਰ ਜੈਪਾਲ ਜੀ, ਕੀ ਮਜਬੂਰੀ ਹੈ ਮੋਦੀ ਸਾਹਿਬ ਦੀ ਕਿ ਇਹ ਜਿਹੜੀਆਂ ਚੀਜ਼ਾਂ ਨੇ ਹੋ ਰਹੀਆਂ ਨੇ, ਕਿਸਾਨ ਤੁਸੀਂ ਕਹਿੰਦੇ ਵਿਰੋਧੀ ਫੈਸਲੇ ਲਏ ਜਾ ਰਹੇ ਨੇ, ਕਿਸਾਨ ਮਾਰੂ ਫੈਸਲੇ ਲਏ ਜਾ ਰਹੇ ਨੇ, ਵੋਟਾਂ ਤਾਂ ਉਹਨਾਂ ਨੇ ਵੀ ਲੈਣੀਆਂ ਨੇ ਨਾ, ਪਾਰਟੀ ਪੋਲੀਟੀਕਲ ਵੀ ਹੈ। ਹਾਂ, ਦੇਖੋ ਪਾਰਟੀ ਉਹ ਪੋਲੀਟੀਕਲ ਹੈ, ਸਿੱਧੀ ਗੱਲ ਜੇ ਆਪਾਂ ਦੇਖੀਏ ਜੀ ਵੀ ਉਹ ਪਾਰਟੀ ਲੋਕਾਂ ਨੂੰ, ਲੋਕਾਂ ਦੀਆਂ ਜਿਹੜੀਆਂ ਇਛਾਵਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਦੀ ਬਜਾਏ, ਉਹਨਾਂ ਨੂੰ ਭੜਕਾ ਕੇ ਪੂਰੀਆਂ ਕਰਨ ਦੀ ਬਜਾਏ ਉਹ ਇਵੈਂਟ ਮੈਨੇਜਮੈਂਟ ਦੇ ਰਾਹੀਂ 2014 'ਚ ਉਹਨੇ ਸਰਕਾਰ ਬਣਾਈ ਹੈ, ਇਵੈਂਟ ਮੈਨੇਜਮੈਂਟ ਰਾਹੀਂ ਹੋਈ ਉਹ ਮੁੱਦੇ ਨੂੰ ਭੜਕਾ ਕੇ ਸਾਡੇ ਬਾਰਡਰ ਦੇ ਨੂੰ ਉਹਨੇ
2019 की चोन लड़ी है वह इवेंट मैनेजर जेड़े है उन्होंने कारपोरेट कराने हैं उन्होंने इवेंट्स लिए सारा वह सम्मान मुहैया कराते हैं वह कारपोरेट कराने लिए काम करते हैं देश के लोगों का तो सिर्फ ना लें ठीक है मैं आ रहा फिर बैनीपाल साहब हूँ जिमें प्रोग्राम तो उलीक ले तो पंजाब बंद का सद्दा भी देता होर भी तुम कहने कि जथेबंद भी लैके चलेंगे पर उधर तो लोग सभा पास हो गया कानून तो बन गया कानून लागू होने तो किमें रोकोगे देखो गल ये है राणा जी साडा संविधान है संविधान के पहले ही किन्ने कानून बने हुए हैं जी साडे फंडामेंटल राइट्स ने संविधान के लिखे हुए सानू अधिकार है कि असी जे सरकार के खिलाफ कोई ना कोई गल आवाज उठानी हो असी उठा सकते हैं तो उन्हें कानून धज्जियां नहीं उड़ाती सरकार इस करके कानून बन जाना ही अपने आप च नहीं ये ठीक है गल साडा मतलब साडे उत्ते मारू कानून एक बना दिता पर लागू जो लोगों के उत्ते करना यह साडी लड़ाई है जिहड़ी ये सानू होर भी ज़्यादा तकड़े होकर लड़नी पैनी है ता जो पहली गल तो वह कानून असी सरकार तो रिव्यू करा के रीअपील करा के उस कानून खत्म करवा दीए ठीक है नहीं खत्म करते तो धरातल के उत्ते आके असं लागू नहीं होने देवे देश के दे लोग ने जोड़े वो योजी मारू सरकार जिन्हों लारिया चाहे लोग वोटा पा सकते हैं बड़े बड़े लारे लाए करजा माफ़ करने के सवाल के उत्ते लारे लाए तो काले धन के सवाल के उत्ते लारे लाए तो मुड़ के सारा कुछ करने के बजाय हो उल्ट रहा यह जी सरकार नूं लोक मुद्दा मार देंगे बर्दाश्त नहीं करेंगे बैनीपाल साहब एक सवाल है कि असं इकट्ठ देख रहे हैं रोज़ किसानों के वड्डे वड्डे इकट्ठ हो रहे हैं पर पंजाब के नौजवान नहीं उन्होंने है बजुर्ग ने नहीं देखो साडे लिए भी बड़ी चिंता की गल सी कि नौजवान ने जोड़े वो इन्होंने वाईफाई के चक्कर इन्होंने आ दूजे चक्कर नौजवानों उलझाया होया बेरोजगार नौजवान भी लड़न तैयार नहीं सी पर हुण तुसी पिछले समय तो देखोगे असी नोट कर रहे हैं कि असी पंजाब दे विच ट्रैक्टर मार्च किया हुण तुसी कितें सोच सकते हो भी ट्रैक्टर है जिहड़ा उहनूं चला के वह बजुर्ग नहीं लिया सकता बजुर्गों के नाल नौजवानों का जिहड़ा हुण इस वक्त हिस्सा वह असी नोट किया नोटेबल है वो साडे लई माण दी गल है कि हुण पंजाब का नौजवान जिहड़ा पहला नशिया ने मार लिया जिहड़ा पहला बेरोजगारी की मार्च है वह हुण सोचण लई मजबूर है कि यह लड़ाई वाला पासा जिहड़ा उहनूं अपना रहा है जदों असी मोटरसाइकलों उत्ते झंडे ला के मार्च किए तो भी नौजवानों का बहुत वड्डा हिस्सा इन्हां दे विच साडे च पार्टीसपेट किया ट्रैक्टर रैलियां दे विच भी किया तो हुण जिहड़ियां मतलब रैलियां ते घराओ जिहड़े धरने हो रहे हैं उन्होंने भी एक गिणनयोग है पर असी फिर भी नौजवानों को अपील करते हैं कि उठो जागो असी 28 तरीक न भगत सिंह का दिन मना उन्होंने विचारों असी असं विचारों सहमत हाँ कि 28 मनाया जा रहा कितने 29 मनाया जा रहा उन्होंने दिन आ रहा है उन्होंने विचारों अपना के नौजवान सामराज के खिलाफ जिथे लड़न की उन्होंने सद्दा दिता इनकलाब जिंदाबाद सामराज मुर्दाबाद उत्थे साडे देश की जिहड़ी सरकार है उसके खिलाफ भी नौजवानों उठना पैना तो झंडा बुलंद करना बैनीपाल साहब कि जथेबंद ने इस वे साढ़े को जोड़ा आल इंडिया का प्लेटफॉर्म है वह 250 जथेबंदी तो ज़्यादा वह जो बैनर है वह कुल हिंद संघर्ष तालमेल कमेटी मतलब रखा हुआ तो जेडे पंजाब दे विच है पंजाब दे विच साड़ियां 10 जथेबंदियां ने जिहड़ियां पहलां इन्हां नूं मिलके असीं चल रहे हैं उह च साड़ी जथेबंदी भी है उहदे च कुल हिंद किसान सभा भी है उहदे विच भारतीय किसान यूनियन डकौंदा भारतीय किसान यूनियन ने दूजी हैगी है जी क्रांतिकारी वाले मतलब 10 किसान जथेबंदियां जिहड़ियां वक्खरे वक्खरे उन्हां दे नां ने ते कई मतलब संघर्ष कमेटियां उहदे पासे ने अमृतसर जिले दुआबे माझे वाल वह भी साडे नाल ने असीं 10 किसान जथेबंदियां लगातार रल के वह मतलब संघर्ष नूं कर रहे ठीक है हरनेक सिंह गुजरवाल साहब अपने बारे दस दिओ ते की कहना चाहुंदे हो मैं जी हरनेक सिंह गुजरवाल शहीद भगत सिंह नौजवान सभा पंजाब दा सूबे दा मीत प्रधान आ जी ये जिहड़ा संघर्ष चल रहा खास तौर पर कहा जाता भी किसानों का संघर्ष आ किसानों के खिलाफ आर्डीनेंस ने मैं भी ये समझदा भी ये किसानों के खिलाफ नहीं है ये जिहड़े आर्डीनेंस आए ने ये महंगाई पैदा करते हैं ये बेरोजगारी पैदा करते हैं बेरोजगारी की मार पहला ही नौजवान बहुत चल रहा साड़ी शहीद भगत सिंह नौजवान सभा पंजाब लगातार सिक्ख्या ते रुजगार के मसले से संघर्ष कर रही है जे ये बिल पास हो गए ने जड़े जे लागू होंगे ने
आने वाले समय के दे देश के महंगाई की जी दर आ बहुत उपर चली जानी आ जिदे नौजवानों के अंदर जी निराशा का आलम आर बधेगा। पर असं कहना चाहते हैं कि शहीद भगत सिंह नौजवान साहब सभा शहीद भगत सिंह के विचार के उत्ते चलती हुई नौजवानों के निराशा का जोड़ा आलम आ नहीं पैदा होने देंगे। हूँ भी तुम देखा होना संघर्षा के नौजवान जिन्होंने कहा जाता भी आ गाँव वाले के मगर लगे हुए ने उन्होंने पिछले लड़ते हैं वो गल्ला छड़ के सारिया नौजवान मूहरे हो के इस लड़ाई के लगे हुए ने वो चाहे लंगर की सेवा करते हो चाहे वह ट्रैक्टर लैके आते हो चाहे वह जरा स्कूटर मोटरसाइकिल ने वह सारी बहुत ही कमान आ नौजवानों के हथ आ बरनाले की रैली जी 14 तरीक नौ किसानों की होके हटी आ उत्थे गिन योग सी जिथे किसान जेडे सियानी उम्र के सी आए हुए सी पर उत्थे नौजवानों की गिनती तुहानू दिख रही सी कि नौजवान बाहर आ गए ने। जांदे जांदे एक सवाल है कि मोदी साहब नू की कहना चाहुंदे हो कि तकड़ा हो जा पंजाब दे किसान आ रहे ने। मोदी ने दो इलैक्शन जीतियां ने असीं कहिंदे आ भी दोनों इलैक्शन लोगों नू लारे ला के जीतियां ने लोगों ने उन्हां दा साथ दित्ता उहदियां गल्लां दे विच आ के। मोदी नू असीं इह कहना चाहुंदे आ कि हिंदुस्तान दे लोक इन्ने मूर्ख नहीं भी उह तुहाडियां जिहड़ियां इह चालां ने उन्हां दे विच बार बार आउणगे। इस लई लोगों नाल कीते वादे पूरे करो वरना हिंदुस्तान दे लोक ने जिहड़े उन्होंने पहला लंबे समय राज करन वाली कांग्रेस पार्टी का जिथे मुद्दा मूह किया उत्थे आने वाली इलैक्शन दे विच भी लोग तुहाडा जिहड़ा वो जिहड़ा तुहानू राज सत्ता तो लांभे कर देणगे ते अपना राज चुणगे। यही मैं कहना चाहुंदा। बहुत धन्नवाद तुहाडा सारे आगुआं दा किसान यूनियन दे आगू जिहड़े ने ओ बजिद ने ते इस खेती बिल के खिलाफ डटे हुए ने। 25 सितंबर नूं पंजाब बंद का सद्दा दिता गया है हालांकि देखना होगा किन्ना हुंगारा मिलता है पर कहा यह जा रहा है कि जिहड़े खेती बिल ने कल्ले किसानों के खिलाफ नहीं बल्कि यह मजदूरों के मुलाजमान के सारे वर्गों के खिलाफ ने पंजाब समेत देश के एक कानून जिहड़े ने खिलाफ ने। आने वाले समय के देखना होगा इस मुहिम होर किन्ना हुंगारा मिलता है। फिलहाल कैमरामैन दर्शन दर्शी के नाल रणबीर सिंह राणा।